ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਵਿੱਚ ਇੱਕ ਗੁੱਜਰ ਪਰਿਵਾਰ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ ਉਨ੍ਹਾਂ ਦੀ ਨਾਬਾਲਿਗ ਕੁੜੀ ਨੂੰ ਪਿੰਡ ਦੇ ਹੀ ਰਹਿਣ ਵਾਲੇ ਇੱਕ ਸ਼ਾਦੀਸ਼ੁਦਾ ਨੌਜਵਾਨ ਨੇ ਬਹਿਲਾ ਫੁਸਲਾ ਕੇ ਘਰ ਤੋਂ ਭਜਾ ਲਿਆ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਦੇ ਵੱਲੋਂ ਇਸ ਮਾਮਲੇ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਪਰ ਪੁਲਿਸ ਦੇ ਵੱਲੋਂ ਨਾ ਤਾਂ ਕੋਈ ਸੁਣਵਾਈ ਕੀਤੀ ਜਾ ਰਹੀ ਹੈ ਤੇ ਨਾ ਹੀ ਕੋਈ ਠੋਸ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰ, ਮੇਰੀ ਕੁੜੀ ਦਾ ਨਾਂ ਹੈ ਸਕੀਨਾ, ਮੇਰਾ ਸਕੀ 15 ਸਾਲ 5 ਮਹੀਨੇ। ਦਵਾਈ ਲੈਣ ਗਈ ਸੀ ਸ਼ਹਿਰ, ਦਵਾਈ ਲੈ ਕੇ ਮੁੜ ਕੇ ਵਾਪਸ ਘਰ ਨਹੀਂ ਆਈ। ਉਸ ਤੋਂ ਬਾਅਦ ਮੈਂ ਸ਼ਾਮ ਨੂੰ ਜਾ ਕੇ ਥਾਣੇ ਰਿਪੋਰਟ ਲਿਖਾ ਦੀ। ਉਸ ਤੋਂ ਬਾਅਦ ਮੇਰੇ ਕੋਲ ਪਤਾ ਲੱਗਾ ਫਲਾਣਾ ਫਲਾਣਾ ਬੰਦਾ ਲੈ ਗਿਆ। ਮੈਂ ਥਾਣੇ ਅੱਗੇ ਰੋ ਦਾਤ ਲਾਈ, ਉਹਨੇ ਮੇਰਾ ਪਰਚਾ ਦਰਜ ਕਰ ਦਿਆ। ਮੇਰੀ ਸੁਣਾਈ ਕੋਈ ਨਹੀਂ ਹੋਈ, ਸਿਰਫ ਪਰਚਾ ਦਰਜ ਕੀਆ, ਮੇਰੀ ਸੁਣਾਈ ਕੋਈ ਨਹੀਂ ਹੋਈ। ਹੋਰ ਜਿਨ ਜਿਨ ਬੰਦੂ ਨੇ ਮੇਰੀ ਲੜਕੀ ਲਈ ਸੀ, ਉਹਨਾਂ ਨੂੰ ਬੰਦੂ ਕਾ ਮੈਂ ਪਤਾ ਕੀਆ ਕਿ ਇਸ ਤਰ੍ਹਾਂ ਤੇਰੀ ਲੜਕੀ ਗਈ। ਮੇਰੀ ਸੁਣਾਈ ਕੋਈ ਨਹੀਂ ਹੋਈ, ਪੁਲਿਸ ਮੇਰੇ ਸਾਥ ਗਈ, ਮੇਰੀ ਸੁਣਾਈ ਕੋਈ ਨਹੀਂ ਕੀ, ਮੇਰੇ ਗੱਡੀ ਤੇ ਨਹੀਂ ਉਤਰ ਦਿੱਤਾ ਤੇ ਮੁਰਜੇ ਵਾਹ ਛੋੜ ਕਰ ਪੁਲਿਸ ਵਾਪਸ ਆ ਗਈ। ਪਤਾ ਕਿਆ, ਉਹ ਜੋ ਬੰਦੇ ਹੈ ਨਾ, ਜੋ ਲੜਕੀ ਕੋ ਲੈ ਗਿਆ, ਉਹ ਜੋ ਪਿੰਡ ਕਾ ਸਰਪੰਚ ਆ, ਆਖਾਂ ਕਾ, ਉਹ ਉਸਮੇ ਸਾਹਮੀ ਬੈਠੀ ਹੋਈ ਹੈ। ਉਸ ਕਰਕੇ ਉਸ ਵਹਾਂ ਕਾਰਵਾਈ ਪੁਲਿਸ ਨਹੀਂ ਕਰ ਰਹੀ ਹੈ। ਪੁਲਿਸ ਕੋ ਨਾ ਜਾਤੀ ਹੈ, ਪਹਿਲੇ ਬੋਲਤੀ ਪੁਲਿਸ ਬੋਲਤੀ ਲੱਭਾਂਗੇ ਲੱਭਾਂਗੇ ਲੱਭਾਂਗੇ, ਬਾਅਦ ਮੈਂ ਬੋਲਤੀ ਅਬ ਤੇਰੀ ਲੜਕੀ ਵਿਆਹ ਕਰਕੇ ਆ ਗਈ ਹੈ, ਤੇਰੀ ਲੜਕੀ ਕੀ ਚਿੱਠੀ ਆ ਰਹੀ ਹੈ, ਹਮ ਕਿਆ ਕਰਾਂ। ਮੇਰੀ ਲੜਕੀ ਹੈ, ਉਸਕੀ ਉਮਰ 15 ਸਾਲ ਹੈ, ਸਕੂਲ ਕਾ ਸਰਟੀਫਿਕੇਟ ਮੇਰੇ ਪਾਸ ਹੈ ਔਰ ਉਸਕਾ ਆਧਾਰ ਕਾਰਡ ਮੇਰੇ ਪਾਸ ਹੈ, ਉਹ ਵੀ ਪੁਲਿਸ ਨੇ ਮੰਗਾ, ਮੈਂ ਉਹ ਵੀ ਉਨਕੋ ਦੀਆ ਹੈ। ਉਸਨੇ ਮੇਰੇ ਕੋਈ ਸੁਣਾਈ ਨਹੀਂ ਕੀ ਹੈ। ਦੇਖੋ ਸਰਕਾਰ, ਮੇਰੀ ਲੜਕੀ ਕੀ ਚਿੱਠੀ ਕੈਸੇ ਆ ਰਹੀ ਹੈ, ਮੇਰੀ ਲੜਕੀ 15 ਸਾਲ ਕੀ ਬੱਚੀ ਹੋਤੀ ਹੈ, ਐਸੇ ਮੇਰੇ ਸੇ ਇਲਜ਼ਾਮ ਬਣਾ ਕਰ ਮੇਰੇ ਕੋ ਦਿਖਾਤੇ ਹੈ, ਮੇਰੀ ਲੜਕੀ ਮੇਰੇ ਅੱਜ ਤੱਕ ਮੇਰੀ ਨਜ਼ਰ ਮੇ ਨਹੀਂ ਆਈ ਹੈ। ਮੈਂ ਆਪਣੀ ਲੜਕੀ ਕੋ ਮੰਗਤੀ ਹੈ, ਹੋਰ ਜੋ ਮੇਰੇ ਦੋਸ਼ੀ ਹੈ, ਇਨਕੋ ਜੋ ਕਾਨੂੰਨੀ ਕਾਰਵਾਈ ਹੋਤੀ ਹੈ, ਕਾਨੂੰਨੀ ਕਾਰਵਾਈ ਕਰਨੀ ਚਾਹਤੀ ਹੂੰ। ਕਾਰਵਾਈ ਹੋਈ ਜੀ 29 ਤਰੀਕ ਸੇ, ਮੈਂ ਉਨਕੇ ਪਾਸ ਗਈ ਸੀ, ਉਸਕੇ ਬਾਅਦ ਮੇਰੀ ਕੋਈ ਕਾਰਵਾਈ ਹੋਈ ਨਹੀਂ, ਮੇਰੀ ਸੁਣਾਈ ਕੋਈ ਨਹੀਂ ਹੋਈ ਹੈ। ਮੈਂ ਰੋ ਪੀਟ ਕਰ ਮੁੜ ਕੇ ਘਰ ਮੇ ਆ ਰਹੀ ਹੈ। ਜੋ ਮੇਰਾ ਘਰ ਵਾਲਾ ਹੈ ਉਹ ਹਾਰਟ ਕਾ ਮਰੀਜ਼ ਹੈ, ਜੋ ਘਰ ਕੀ ਜ਼ਿੰਮੇਵਾਰੀ ਹੈ, ਸਭ ਜ਼ਿੰਮੇਵਾਰੀਆਂ ਮੇਰੇ ਤੇ ਹੈ, ਔਰ ਮੈਂ ਦੱਸ ਕਿਆ ਕਰਾਂ। ਬਸ਼ੀਰਾ ਹੈ ਔਰ ਇਸਕਾ ਜੋ ਬੇਟੀ ਹੈ ਸਕੀਨਾ, ਉਹ ਮਾਈਨਰ ਹੈ, ਉਹ 29 ਤਰੀਕ ਸੇ ਉਹ ਕਿਡਨੈਪ ਹੈ, ਉਸ ਤੋਂ ਬਦਲਾ ਕੇ ਮਤਲਬ ਕਿ ਉਹ ਕੁਛ ਅਕਿਊਜ਼ ਲੋਡ ਹੈ, ਰੋਸ਼ਨ ਨਾਮ ਕਾ, ਉਹ ਆਪਣੇ ਸਾਥੀਓ ਸਹਿਤ ਇਸ ਤੋਂ ਡੁਮਰਾ ਕਰਕੇ ਅਡਵਾ ਕਰਕੇ ਲੈ ਗਿਆ ਹੈ। ਤੋ ਜੇ ਇਤਨੇ ਦਿਨ ਸੇ ਇਹ ਆਪਣੇ ਪਰੇਸ਼ਾਨ ਹੈ ਔਰ ਪਹਿਲੀ ਤੋਂ ਬਾਤ ਹੈ ਇਸਕੇ ਹੌਂਸਲੇ ਕੋ ਬਹੁਤ ਸਲਾਮ ਹੈ ਕਿ ਇਸਕਾ ਜੋ ਪਤੀ ਹੈ ਉਹ ਪਿਛਲੇ ਕਈ ਸਾਲੋਂ ਸੇ ਬਿਮਾਰ ਹੈ ਔਰ ਸਾਰੇ ਪਰਿਵਾਰ ਕੀ ਜ਼ਿੰਮੇਵਾਰੀ ਇਸਕੇ ਸਿਰ ਪਰ ਹੈ ਕਿ ਚਾਈਲਡ ਮੈਰਿਜ ਐਕਟ ਕੇ ਤਹਿਤ ਜੇ ਬਿਲਕੁਲ ਇੱਕ ਕਾਨੂੰਨੀ ਜੁਰਮ ਹੈ ਔਰ ਉਸਕੇ ਤਹਿਤ ਹਮ ਕਿਸੀ ਨਾਬਾਲਿਗ ਕੀ ਹਮ ਸ਼ਾਦੀ ਨਹੀਂ ਕੀ ਜਾ ਸਕਤੀ ਇਸ ਕਾਨੂੰਨ ਕੇ ਤਹਿਤ। ਬਸ਼ੀਰਾ ਨਾਮ ਦੀ ਔਰਤ ਆ ਜੀ, ਗੁੱਜਰ ਬਰਾਦਰੀ ਦੀ, ਧਮਰਾਈ ਪਿੰਡ ਦੀ ਰਹਿਣ ਵਾਲੀ ਆ, ਦੁੱਧ ਵੇਚਣ ਦਾ ਕਾਰੋਬਾਰ ਕਰਦੀ ਆ। ਇਹਨੇ ਮਿਤੀ 31/12/17 ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਉਸਦੀ ਲੜਕੀ ਜਿਹਦਾ ਨਾਂ ਸ਼ਕੀਨਾ ਹੈ, ਉਮਰ 15.5 ਸਾਲ ਦੇ ਕਰੀਬ ਆ, ਉਹ ਘਰੋਂ ਦਵਾਈ ਲੈਣ ਗਏ ਵਾਸਤੇ ਗਈ ਸੀ ਅਤੇ ਵਾਪਸ ਨਹੀਂ ਆਈ। ਉਹਨੇ ਅੱਗੇ ਦੱਸਿਆ ਸੀ ਕਿ ਅਸੀਂ ਉਹਦੀ ਭਾਲ ਕੀਤੀ ਆਪਣੇ ਤੌਰ 'ਤੇ, ਜਿਹੜਾ ਸਾਨੂੰ ਪਤਾ ਲੱਗਾ ਕਿ ਰੋਸ਼ਨ ਨਾਮ ਦੇ ਲੜਕੇ ਦੇ ਨਾਲ ਵਿਆਹ ਕਰਵਾਉਣ ਲਈ ਚਲੀ ਗਈ ਹੈ। ਅਸੀਂ FIR ਨੰਬਰ 220 ਰਜਿਸਟਰਡ ਕਰਕੇ ਤਫਤੀਸ਼ ਜਿਹੜੀ ਉਸੇ ਦਿਨ ਸ਼ੁਰੂ ਕਰਤੀ ਸੀ। ਲੜਕੀ ਦੇ ਫੋਨ ਦੀ ਕਾਲ ਡਿਟੇਲਸ ਵਗੈਰਾ ਲੈ ਕੇ ਉਹਦੀ ਲੋਕੇਸ਼ਨ ਵੇਖ ਕੇ ਉੱਤੇ ਰੇਡ ਵਗੈਰਾ ਕੀਤੇ, ਲੇਕਿਨ ਸਾਨੂੰ ਮਿਲ ਨਹੀਂ ਸਕੇ। ਹੁਣ ਸਾਨੂੰ ਹਿਊਮਨ ਰਾਈਟਸ ਚੰਡੀਗੜ੍ਹ ਤੋਂ ਇੱਕ ਆਰਡਰ ਪ੍ਰਾਪਤ ਹੋਇਆ ਜਿਹਦੇ ਵਿੱਚ ਲੜਕੀ ਨੇ ਰੋਸ਼ਨਦੀਨ ਦੇ ਨਾਲ ਨਿਕਾਹ ਕਰਕੇ ਰਿਟ ਪਟੀਸ਼ਨ ਪਾਈ ਆ ਕਿ ਮੈਨੂੰ ਆਪਣੇ ਮਾਂ ਪਿਓ ਕੋਲੋਂ ਅਤੇ ਪੁਲਿਸ ਪਾਸੋਂ ਜਿਹੜਾ ਖਤਰਾ ਅਤੇ ਮੇਰੀ ਪ੍ਰੋਟੈਕਸ਼ਨ ਕੀਤੀ ਜਾਵੇ। ਹਿਊਮਨ ਰਾਈਟਸ ਦੇ ਆਰਡਰ ਜਿਹੜੇ ਆ ਉਹ ਪਹੁੰਚ ਚੁੱਕੇ ਨੇ, ਜਿਹਦੇ ਵਿੱਚ ਉਹਨਾਂ ਨੇ ਪ੍ਰੋਟੈਕਸ਼ਨ ਦੇਣ ਦੀ ਹਦਾਇਤ ਕੀਤੀ ਆ।
ਅਸੀਂ ਜਿਹੜੀ ਆਪਣੀ ਇਨਵੈਸਟੀਗੇਸ਼ਨ ਜਾਰੀ ਰੱਖ ਰਹੇ ਹਾਂ, ਜੋ ਵੀ ਤੱਥ ਇਨਵੈਸਟੀਗੇਸ਼ਨ ਦੇ ਸਾਹਮਣੇ ਆਉਣਗੇ ਉਹਦੇ ਮੁਤਾਬਕ ਹੀ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਉਹ ਕਰ ਦਿੱਤੀ ਜਾਵੇ। ਉਹਨਾਂ ਨੇ ਆਪਣੀ ਉਮਰ ਹਿਊਮਨ ਰਾਈਟਸ ਨੂੰ 20 ਸਾਲ ਦੱਸੀ ਆ ਜੀ, ਇਹਨਾਂ ਨੇ 15.5 ਸਾਲ ਦੱਸੀ ਆ, ਇਹ ਇਨਵੈਸਟੀਗੇਸ਼ਨ ਮੈਟਰ ਹੈ ਜੀ, ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਏਗਾ ਉਹਦੇ ਮੁਤਾਬਕ ਅਗਲੇ ਸਟੈਪ ਲੈ ਲਏ ਜਾਣਗੇ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।